ਸਤਿ ਸ਼੍ਰੀ ਅਕਾਲ ਦੋਸਤੋ ਸੇਂਟਸ ਆਫ ਦ ਟਾਈਮਸ ਤੋਂ ਮੈਂ ਹਾਂ ਕੋਮਲ ਔਰ ਤੁਸੀਂ ਜਾਣਦੇ ਹੋ ਕਿ ਹਰ ਵਾਰ ਮੈਂ ਤੁਹਾਨੂੰ ਕਿਸੇ ਖਾਸ ਨਵੀਂ ਪਰਸਨੈਲਿਟੀ ਨਾਲ ਮਿਲਾਉਣੀ ਆ ਪਿਛਲੇ ਐਪੀਸੋਡ 'ਚ ਮੈਂ ਤੁਹਾਡੇ ਨਾਲ ਗੱਲਬਾਤ ਕਰਾਈ ਸੀ ਕਿ ਸਾਡੇ ਘਰ ਦੇ ਮਸਲਿਆਂ ਨੂੰ ਅਸੀਂ ਕਿਵੇਂ ਸੁਲਝਾ ਸਕਦੇ ਹਾਂ ਸੋ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰਾਉਣ ਜਾ ਰਹੀ ਹਾਂ ਜੀ ਐਸੋਸੀਏਸ਼ਨ ਫੋਰ ਸੋਸ਼ਲ ਹੈਲਥ ਇਨ ਇੰਡੀਆ ਫੈਮਿਲੀ ਕਾਉਂਸਲਿੰਗ ਸੈਂਟਰ ਰੈੱਡ ਕ੍ਰੋਸ ਭਵਨ ਜਲੰਧਰ ਦੀ ਇੱਕ ਉਹ ਖਾਸ ਸ਼ਖਸੀਅਤ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਕੁਝ ਐਸੇ ਮਸਲੇ ਸੁਲਝਾਏ ਨੇ ਜਿਹੜੇ ਮਸਲੇ ਮੈਨੂੰ ਲੱਗਦਾ ਕਿ ਕਦੀ ਹੱਲ ਨਹੀਂ ਹੋ ਪਾਉਂਦੇ ਪਰ ਜਦੋਂ ਉਹ ਕਾਉਂਸਲਿੰਗ ਕਰਦੇ ਨੇ ਤੇ ਉਹਨਾਂ ਦੀ ਕਾਉਂਸਲਿੰਗ ਦੇ ਨਾਲ ਬੰਦੇ ਬੜੇ ਪ੍ਰਭਾਵਿਤ ਹੋ ਜਾਂਦੇ ਨੇ ਸੋ ਆਓ ਗੱਲਬਾਤ ਕਰਾਨੇ ਆ ਜੀ ਪਿਛਲੇ ਐਪੀਸੋਡ 'ਚ ਅਸੀਂ ਗੱਲ ਕੀਤੀ ਸੀ ਕਿ ਮਸਲਿਆਂ ਨੂੰ ਕਿਵੇਂ ਸੁਲਝਾਇਆ ਜਾ ਸਕਦਾ ਹੈ ਪਰ ਅੱਜ ਅਸੀਂ ਗੱਲ ਕਰਾਂਗੇ ਕਿ ਕੁਝ ਇਹੋ ਜਿਹੇ ਮੈਂਟਲ ਕੇਸ ਹੁੰਦੇ ਨੇ ਕਿ ਜਿਹੜੇ ਬੜੀ ਮੁਸ਼ਕਲ ਹੈਂਡਲ ਕਰਨੇ ਹੁੰਦੇ ਨੇ ਉਹ ਕਿਵੇਂ ਹੈਂਡਲ ਕਰਦੇ ਨੇ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਆਓ ਕਰਦੇ ਹਾਂ ਗੱਲਬਾਤ ਸੋ ਸਾਡੇ ਨਾਲ ਜੁੜ ਚੁੱਕੇ ਨੇ ਜੀ ਉੱਗੇ ਸਮਾਜ ਸੇਵਿਕਾ ਸ਼ਕੁਨ ਓਬਰਾਏ ਮੈਮ ਮੈਮ ਬਹੁਤ ਬਹੁਤ ਸਵਾਗਤ ਧੰਨਵਾਦ ਜੀ ਧੰਨਵਾਦ ਕੋਮਲ ਜੀ ਜਿੱਦਾਂ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ ਕਿ ਮੈਂਟਲ ਹੈਲਥ ਮੈਂਟਲ ਹੈਲਥ ਜਿਹੜਾ ਅੱਜ ਕੱਲ੍ਹ ਪਰਿਵਾਰਾਂ ਨੂੰ ਟੁੱਟਣ ਵਿੱਚ ਜਾਂ ਪਰਿਵਾਰਿਕ ਝਗੜਿਆਂ ਵਿੱਚ ਇੱਕ ਬਹੁਤ ਵੱਡਾ ਕਾਰਨ ਬਣ ਚੁੱਕਿਆ ਜੀ ਕੋਈ ਟਾਈਮ ਹੁੰਦਾ ਸੀਗਾ ਸਾਡੇ ਕੋਲ ਮਤਲਬ ਸਾਡੇ ਸਮਾਜ ਸਾਂਝੇ ਪਰਿਵਾਰ ਹੁੰਦੇ ਸੀਗੇ ਫਿਰ ਇੱਕ ਐਸੀ ਲਹਿਰ ਚੱਲੀ ਹਮ ਦੋ ਹਮਾਰੇ ਦੋ ਪਰਿਵਾਰਾਂ 'ਚ ਬੱਚੇ ਜਿਹੜੇ ਸੀਗੇ ਦੋ ਦੋ ਹੋਣੇ ਸ਼ੁਰੂ ਹੋ ਗਏ ਪਰਿਵਾਰ ਛੋਟੇ ਹੁੰਦੇ ਗਏ ਜੀ ਉਹ ਪਰਿਵਾਰ ਛੋਟੇ ਹੋਣ ਦਾ ਫਾਇਦੇ ਵੀ ਬਹੁਤ ਹੋਏ ਪਰ ਕਈ ਚੀਜ਼ਾਂ ਦਾ ਜਿਸ ਨੂੰ ਕਹਿੰਦੇ ਹਾਂ ਨਾ ਆਪਾਂ ਹਰ ਇੱਕ ਚੀਜ਼ ਦਾ ਫਾਇਦਾ ਵੀ ਹੈ ਤੇ ਨੁਕਸਾਨ ਵੀ ਹੁੰਦਾ ਨੁਕਸਾਨ ਇਹ ਹੋਇਆ ਕਿ ਸਾਡੇ ਪਰਿਵਾਰ ਛੋਟੇ ਹੋ ਗਏ ਸਾਡੀਆਂ ਜਿਹੜੀਆਂ ਮਤਲਬ ਘਰ ਦੇ ਵਿੱਚ ਲੜਕੀਆਂ ਸੀ ਉਹ ਵੀ ਆਰਥਿਕ ਤੌਰ 'ਤੇ ਸਕਸ਼ਮ ਹੋ ਗਏ ਕੰਮ ਕਰਨ ਕਾਜੀ ਕੰਮਕਾਜੀ ਲੇਡੀਜ਼ ਬਣ ਗਈਆਂ ਉਹਦੇ ਨਾਲ ਕੀ ਹੋਇਆ ਪਰਿਵਾਰ ਦੇ ਬੱਚੇ ਜਿਹੜੇ ਸੀਗੇ ਉਹਨਾਂ ਨੂੰ ਟਾਈਮ ਮਿਲਣਾ ਘੱਟ ਸ਼ੁਰੂ ਹੋ ਗਿਆ ਉਹ ਜਿੱਦਾਂ ਸਾਂਝਾ ਪਰਿਵਾਰ ਹੁੰਦਾ ਸੀ ਕੋਈ ਪ੍ਰੋਬਲਮ ਆ ਵੀ ਜਾਂਦੀ ਸੀਗੀ ਨਾ ਤੇ ਆਪਾਂ ਦੇਵਰ ਜੇਠ ਜਠਾਣੀ ਸਾਰੇ ਇਕੱਠੇ ਹੁੰਦੇ ਸੀਗੇ ਤੇ ਉਹਨਾਂ ਦੇ ਵਿੱਚ ਰਲ ਕੇ ਬੈਠ ਕੇ ਆਪਣੇ ਦਿਲ ਦਾ ਗੁਬਾਰ ਕੱਢ ਲੈਂਦੇ ਸੀ ਹੁਣ ਕੀ ਹੈ ਕਿ ਇੱਕ ਛੋਟਾ ਪਰਿਵਾਰ ਹੋਣ ਕਰਕੇ ਅਗਰ ਬੱਚਾ ਹਰ ਇੱਕ ਨੂੰ ਆਪਣਾ ਆਪਣਾ ਰੂਮ ਮਿਲਿਆ ਹੋਇਆ ਸੈਪਰੇਟ ਰੂਮ 'ਚ ਬੱਚੇ ਰਹਿ ਰਹੇ ਆ ਮੰਮੀ ਪਾਪਾ ਦਾ ਅਲੱਗ ਰੂਮ ਹੈ ਬੱਚਿਆਂ ਦਾ ਅਲੱਗ ਰੂਮ ਹੈ ਬੱਚਿਆਂ ਨੂੰ ਕੋਈ ਮੈਂਟਲ ਦਿਮਾਗੀ ਤੌਰ 'ਤੇ ਕੋਈ ਪਰੇਸ਼ਾਨੀ ਨਹੀਂ ਹੈ ਮੰਨ ਲਓ ਸਕੂਲ ਗੋਇੰਗ ਬੱਚਾ ਹੈ ਉਹ ਸਕੂਲ ਦੇ ਵਿੱਚ ਕੋਈ ਪਰੇਸ਼ਾਨੀ ਹੈ ਉਹਦੀ ਮਦਰ ਕੋਲ ਟਾਈਮ ਨਹੀਂ ਹੈ ਸੁਣਨ ਦਾ ਸੇਮ ਚੀਜ਼ ਹੈ ਹਸਬੈਂਡ ਵਾਈਫ ਰਹਿ ਰਹੇ ਹੋ ਤੁਸੀਂ ਅੱਗੇ ਘਰ ਦੇ ਵਿੱਚ ਸੱਸ ਸਹੁਰਾ ਕੋਈ ਦਾਦੀ ਸੱਸ ਕੋਈ ਨਾਨੀ ਸੱਸ ਹੁੰਦੀਆਂ ਸੀ ਨਾ ਤੇ ਆਪਾਂ ਨੂੰਹਾਂ ਧੀਆਂ ਜਿਹੜੀਆਂ ਸੀਗੀਆਂ ਉਹਨਾਂ ਦੇ ਨਾਲ ਆਪਣੀਆਂ ਸਮੱਸਿਆਵਾਂ ਸ਼ੇਅਰ ਕਰ ਲੈਂਦੀਆਂ ਸੀ ਇਸ ਤੋਂ ਇਲਾਵਾ ਕੀ ਹੁੰਦਾ ਸੀਗਾ ਕਿ ਪਤੀ ਨੂੰ ਵੀ ਥੋੜ੍ਹਾ ਜਿਹਾ ਇੱਕ ਡਰ ਹੁੰਦਾ ਸੀਗਾ ਕਿ ਮੇਰੇ ਘਰ ਵਿੱਚ ਮੇਰਾ ਫਾਦਰ ਬੈਠਾ ਹੈ ਮੇਰਾ ਵੱਡਾ ਭਰਾ ਬੈਠਾ ਹੈ ਆਪਾਂ ਲੜਾ ਝਗੜਾਂਗੇ ਆਪਣੇ ਕਮਰੇ 'ਚ ਵੀ ਲੜਾ ਝਗੜਾਂਗੇ ਆਵਾਜ਼ ਬਾਹਰ ਜਾਏਗੀ ਬੜੀ ਮੈਂ ਸਿੰਪਲ ਜੀ ਗੱਲ ਕਰ ਰਹੀ ਹਾਂ ਹੈ ਨਾ ਅੱਜ ਕੱਲ੍ਹ ਕੀ ਹੈ ਬੱਚਿਆਂ 'ਚ ਕੋਈ ਡਰ ਖੌਫ ਨਹੀਂ ਰਹਿ ਗਿਆ ਬੱਚੇ ਅਗਰ ਲੜਾਈ ਝਗੜਾ ਕਰ ਰਹੇ ਆ ਹਸਬੈਂਡ ਕੋਈ ਨਸ਼ਾ ਵੀ ਕਰ ਰਿਹਾ ਤੇ ਜੋ ਵੀ ਗਾਲੀ ਗਲਾਂ 'ਚ ਹੋ ਰਿਹਾ ਉਹਨਾਂ ਨੂੰ ਕੋਈ ਡਰ ਨਹੀਂ ਆ ਨੰਬਰ ਦੋ ਇਸ ਤੋਂ ਇਲਾਵਾ ਕੀ ਹੈ ਆਪਣੀ ਆਪਣੀ ਸਮੱਸਿਆ ਨੂੰ ਆਪਣੇ ਅੰਦਰ ਆਪਣੀ ਘੁੱਟਣ ਨੂੰ ਲੈ ਕੇ ਅਸੀਂ ਜੀ ਰਹੇ ਹਾਂ ਅਗਰ ਸਾਡੀ ਨੈਗੇਟਿਵ ਸੋਚ ਵੀ ਬਣ ਚੁੱਕੀ ਹੈ ਨਾ ਤੇ ਸਾਨੂੰ ਕੋਈ ਪੋਜ਼ਿਟਿਵ ਪਾਸੇ ਤੋਰਨ ਵਾਲਾ ਬੰਦਾ ਹੀ ਨਹੀਂ ਮਿਲਦਾ ਪਿਆ ਇਸ ਕਰਕੇ ਮੈਂਟਲ ਹੈਲਥ ਜਿਹੜੀ ਆ ਸਾਡੇ ਸਮਾਜ ਦੀ ਇੱਕ ਪਰਿਵਾਰ ਦੀ ਨਹੀਂ ਸਮਾਜ ਦੀ ਬਹੁਤ ਜ਼ਿਆਦਾ ਖਰਾਬ ਹੋ ਰਹੀ ਹੈ ਜਿਸ ਨੂੰ ਬਹੁਤ ਜ਼ਿਆਦਾ ਸਮਝਣ ਦੀ ਲੋੜ ਹੈ ਜਦੋਂ ਮੈਂਟਲ ਹੈਲਥ ਵਾਲੇ ਪੇਸ਼ੈਂਟ ਸਾਡੇ ਕੋਲ ਕੇਸ ਆਉਂਦੇ ਆ ਸਾਨੂੰ ਬੜੇ ਤਰੀਕੇ ਦੇ ਨਾਲ ਪਹਿਲਾਂ ਤਾਂ ਉਹਨਾਂ ਨੂੰ ਪੀਸ ਆਫ ਮਾਈਂਡ ਦੇਣਾ ਪੈਂਦਾ ਮੈਂ ਤੁਹਾਨੂੰ ਕੋਮਲ ਜੀ ਦੱਸਣਾ ਚਾਹੂੰਗੀ ਕਿ ਪਿਛਲੇ ਕੁਛ ਮਹੀਨੇ ਪਹਿਲਾਂ ਮੇਰੇ ਕੋਲ ਇੱਕ ਲੜਕਾ ਆਇਆ ਉਹ ਬਿਲਕੁਲ ਇਸ ਸਟੇਜ 'ਤੇ ਸੀ ਕਿ ਮੈਡਮ ਜੀ ਮੈਂ ਤਾਂ ਸੁਈਸਾਈਡ ਕਰਨ ਚੱਲਿਆ ਵਾਂ ਮੈਂ ਜੇ ਤੁਹਾਡੇ ਕੋਲ ਅੱਜ ਨਾ ਆਉਂਦਾ ਤਾਂ ਮੈਂ ਅੱਜ ਮਰ ਹੀ ਜਾਣਾ ਸੀਗਾ ਪਰ ਬੜੇ ਪਿਆਰ ਦੇ ਨਾਲ ਉਹਨੂੰ ਸਮਝਾਇਆ ਬੁਝਾਇਆ ਗਿਆ ਜੋ ਵੀ ਸੀਗਾ ਉਹਦਾ ਥੋੜ੍ਹਾ ਉਹਦਾ ਦਿਮਾਗ ਸੀ ਹਲਕਾ ਕੀਤਾ ਗਿਆ ਮੈਂ ਉਹਨੂੰ ਕਿਹਾ ਦੇਖਾ ਬੇਟੇ ਤੂੰ ਮਰ ਵੀ ਜਾਏਗਾ ਤੇ ਤੇਰੀ ਮਰਨ ਦੇ ਨਾਲ ਸ੍ਰਿਸ਼ਟੀ ਦੀਆਂ ਸਮੱਸਿਆਵਾਂ ਹੱਲ ਨਹੀਂ ਹੋ ਜਾਣੀਆਂ ਤੈਨੂੰ ਥੋੜ੍ਹਾ ਜਿਹਾ ਆਪਣੇ ਵਾਸਤੇ ਜੀਣਾ ਪਏਗਾ ਅਗਰ ਘਰ ਨਹੀਂ ਵੀ ਵਸੇਗਾ ਤੇ ਬੇਟਾ ਵੱਧ ਤੋਂ ਵੱਧ ਕੀ ਹੈ ਫੈਸਲੇ ਦੇਖੋ ਦੋ ਤਰ੍ਹਾਂ ਦੇ ਹੁੰਦੇ ਕੋਮਲ ਜੀ ਜਾਂ ਘਰ ਵਸ ਜਾਏ ਜਾਂ ਆਪਾਂ ਸੈਪਰੇਟ ਹੋ ਜਾਈਏ ਤੇ ਸਾਡਾ ਰੋਲ ਕੀ ਹੈ ਅਗਰ ਤਾਂ ਘਰ ਵਸ ਸਕਦਾ ਅਸੀਂ ਜ਼ਰੂਰੀ ਨਹੀਂ ਹੈ ਕੋਈ ਟਾਈਮ ਹੁੰਦਾ ਸੀ ਸਾਨੂੰ ਵੀ ਪਿੱਛੋਂ ਇੱਕ ਹੁੰਦਾ ਸੀਗਾ ਕਿ 99% ਘਰ ਵਸਾਏ ਜਾਣ ਪਰ ਉਸ ਵਸਾਉਣ ਦਾ ਵੀ ਕੀ ਫਾਇਦਾ ਜਿੱਥੇ ਨਿਤ ਦਿਨ ਝਗੜਾ ਹੀ ਹੁੰਦਾ ਰਹੇ ਇਸ ਕਰਕੇ ਅਸੀਂ ਅੱਜ ਕੱਲ੍ਹ ਪਰਿਵਾਰਾਂ ਨੂੰ ਕੀ ਸਮਝਾਉਂਦੇ ਹਾਂ ਕਿ ਜਿੱਦਾਂ ਬੇਟੇ ਤੁਸੀਂ ਪਿਆਰ ਨਾਲ ਜੁੜੇ ਸੀ ਨਾ ਨਹੀਂ ਨਿਭਾਉਣ ਦਾ ਪਿਆਰ ਨਾਲ ਅਲੱਗ ਹੋ ਜਾਓ ਜ਼ਿੰਦਗੀ ਨੂੰ ਖਤਮ ਕਰਨ ਦੇ ਬਾਰੇ ਕਦੀ ਨਹੀਂ ਸੋਚਣਾ ਕਿਉਂਕਿ ਸੁਈਸਾਈਡ ਕਰਨਾ ਵੀ ਇੱਕ ਬੜਾ ਵੱਡਾ ਅਪਰਾਧ ਹੈ ਇਸ ਕਰਕੇ ਉਸ ਲੜਕੇ ਦਾ ਮੈਂ ਹੁਣ ਤੁਹਾਨੂੰ ਹਿਸਟਰੀ ਦੱਸਾਂ ਕਿ ਚਲੋ ਅਸੀਂ ਬਹੁਤ ਵਧੀਆ ਤਰੀਕੇ ਨਾਲ ਉਹਨੂੰ ਹੈਂਡਲ ਕੀਤਾ ਉਹਦੀ ਸੈਪਰੇਸ਼ਨ ਹੀ ਹੋਈ ਹੈ ਪਰ ਅੱਜ ਉਹ ਲੜਕਾ ਬਹੁਤ ਸਾਡਾ ਮਤਲਬ ਸ਼ੁਕਰਗੁਜ਼ਾਰ ਹੈ ਪਰਮਾਤਮਾ ਦਾ ਮੈਂ ਆਪਣੇ ਆਪ ਨੂੰ ਨਹੀਂ ਕਹਿੰਦੀ ਸਾਡੇ ਕੋਲ ਸੇਵਾ ਦਵਾਉਣ ਵਾਲਾ ਪਰਮਾਤਮਾ ਹੈ ਸਾਨੂੰ ਈਸ਼ਵਰ ਨੇ ਡਿਊਟੀ ਦਿੱਤੀ ਅਸੀਂ ਕਰ ਰਹੇ ਹਾਂ ਪਰ ਜਦੋਂ ਇਸ ਤਰ੍ਹਾਂ ਦਾ ਇੱਕ ਬੱਚੇ ਨੂੰ ਅਸੀਂ ਕਿਸੇ
गलत काम तो बचाया ना, सानू बहुत बड़ी खुशी मिलती है कि चलो समाज दे विच तुसी कुछ अच्छा काम किया वे। ते मेरा कहने का सिर्फ भाव यह है कि तुसी कदी यह ना सोचो परिवारां दे विच कि असी नहीं साडा घर वस रहा, असी गलत स्टैप चुकना है, असी मर जाना, ना किसी लड़की नू ना किसी लड़के नू यह सोचन की कभी लोड़ नहीं है कि जबरदस्ती घर जोड़िया जा सकता है। नहीं जबरदस्ती जुड़ना, जिवें बच्चे प्यार नाल जुड़े हो प्यार नाल अलग हो जाओ, इस तो वड्डा कोई हल हो ही नहीं सकता। बिल्कुल जी। ते इस तो इलावा मैं भी दसना चाहवांगी कि असी फिर जेकर बिल्कुल समझौता राजीनामा किसी तरह का भी हो जाता है, असी कचहरी विचों ही तलाक कराने हैं। तलाक जिहड़ा वह कचहरी च हुंदा है, साढ़े कोल असी जो देन लैन हुंदा उन्हां दा करवा दीदा, जो उन्हां दा दित्ता लेता लड़की का कोई दहेज है, कोई उनका गहना कपड़ा है, जां इस तो बाद एलमनी वगैरह भी फिक्स करवाई जाती है अकॉर्डिंग टू उन्हां दे स्टेटस जी। तो उस दे नाल उन्हां दा जिन्हों कहिंदे पीस ऑफ माइंड मिल जाता है। इस एक चीज़ मैं होर दसना चाहवांगी कि मैंटल हैल्थ क्यों ज़्यादा आ रही है। मैंटल हैल्थ का कारण ही सिर्फ ये है कि असी हर काम नू अपनी अनुसार चलाना चाहते हैं। पर देखो असी साड़ी गल मनी गई है तो बहुत अच्छी गल है, पर कभी परमात्मा का डर भी अपने दिल च रखना चाहिए। जो परमात्मा साढ़े वास्ते करता है शायद वह साढ़े भले वास्ते होंगे। साढ़े बच्चों की सोच बदलन की लोड़ है, बच्चों समझाना पैंता है हमेशा कि बच्चे हमेशा पॉजिटिव सोचो। बच्चे नैगेटिव सोच वाले पासे बहुत जल्दी तुर रहे हैं और कॉपी कर रहे हैं हर एक चीज़ की। वैसटर्न कल्चर साढ़े विच इन्ना ज़्यादा आ चुका है कि असी सोच रहे हैं कि रिश्ते जिदा ना ये समझ लो तुसी पेपर प्लेट्स है खाया और छोड़ दिता। ये जड़े रिश्ते है ये वो चीज़ा नहीं है, यूज एंड थ्रो नहीं है। इन्हां रिश्तियां नूं डुबाण वास्ते दोनों धिरां नूं, चाहे लड़का है चाहे लड़की है, मैं सिर्फ ये नहीं कहिंदी कि लड़कियां नूं ही संस्कारां दी लोड़ है, सानू एक जो लड़के की मां है ना उन्हूं भी अपने बेटे नूं संस्कार देना चाहिए वै कि किसी लड़की दे नाल कोई बदतमीजी नहीं करनी। मतलब दोनों पासे ही एडजस्टमेंट जिहड़ी है ये दोनों पासे होनी जरूरी है। सियाने कहिंदे ना कि ताड़ी दो हथां नाल वजदी है ते इक नाल नहीं वजदी। सो अकल दोनों नूं आउण दी लोड़ है। जे मुंडा बहुत ज़्यादा पढ़िया लिखिया तो कुड़ी घट पढ़ी लिखी है तो मुंडे नूं समझौता करन दी जरूरत है। तो जे कुड़ी बहुत ज़्यादा पढ़ी लिखी है तो अपना एटीट्यूड ना दिखाए कि मैं बहुत ज़्यादा पढ़ी लिखी हाँ तो मैं जो भी है मैं सब कुछ करांगी। बट जो एक लाइफ पार्टनर है, चाहे वह जिदा का भी है, एक लाइफ पार्टनर हुंदा है, चंगे तरीके नाल रहांगे तो लाइफ सोहनी लगेगी। ते जे असीं अपनी तो तू तू मैमा करांगे तो फिर दो भांडे खड़ करेंगे। तुसीं देखो ना अजकल बच्चे प्री वेडिंग शूट करदे आ, उह तुसीं करदे हो, तुसीं पहले इंक्वायरी करो। जे शादी करनी वी किसे लड़की ने किसे लड़के नूं पसंद कर लिया उहदे बारे पहला सोचो। देखो जदों लड़के दी लड़के दी आपस कोई गलबात हुंदी है ना, दोनों एक दूजे नूं अपना बेस्ट टू बेस्ट दिखाणगे हमेशा। ते जदों उहनां दी अपनी प्रैक्टिकल लाइफ शुरू हुंदी है झगड़े उदों शुरू हुंदे आ। ते सब तों पहला तुहानूं पता ही है जदों वी लड़के लड़की की रिलेशनशिप से आते हैं मोबाइल पेंट किया जाता, सब तो पहला गिफ्ट की दिता है मोबाइल है। और उस तो बाद पहला तो उनके भी फोन भी आ जाएंगे, 50 फोन भी आएंगे सुनेंगे आपस। उस तो बाद जो लाइफ शुरू होती है और एक फोन नहीं सुनेगा दूसरा नहीं सुनेगा, शक की जड़ी है वो बिना शुरू हो जाती है। और फिर शक के बिना से फिर केस झगड़े जड़े हैं वो फिर शुरू हो जाते हैं। इस करके एक शक न भी छड़ना चाहिए वै। अगर थोड़े दिमाग से किसी चीज़ का बोझ है, मैंटल हैल्थ में कभी भी बीमारी ना लवो। देखो एक जिस तरह हल्का जा बुखार चढ़ता से उनका इलाज कराने हैं। अगर तुम्हारे दिमाग से कोई स्ट्रेस भी पिया तुम किसी साइकेट्रिक्स को जाओ, साढ़े वर्गे लोगों को लाओ, ताकि दिमाग की जी अंदर कोई बढ़ चुकी है, कोई गलत चीज आ चुकी है, उसनु निखारिया जा सके, उसनु समझाया जा सके, उसनु सुधारिया जा सके। ये चीज़ा बहुत जरूरी है जी। सो कहिंदे ने अज दे समें विच समझण दी लोड़ है, रिश्ते बचाउण दी लोड़ है। रिश्ते किते ना किते टुटदे जा रहे ने, बिखरदे जा रहे ने, और रिश्तियां दे विच जिहड़ा प्यार भाव सी ओह प्रॉपरली खत्म हुंदा जा रहा है। देखो मैं उही कहनी हां शादी करवाने की एज जिहड़ी है, जिस तरह असीं लड़की दी 18 साल और लड़के दी 21 साल रखी हुई है, 18 साल च लड़की काफ़ी मच्योर हो जाती है। पर अजकल मैं देखती हाँ बच्चे 16 साल की उम्र के 9th क्लास लड़की पढ़ती है रिलेशनशिप चाहे लड़के दे नाल, है ना। ये चीज़ बच्चियों नूं थोड़ा जिन्ना जदों पढ़ाई का टाइम, हर एक चीज़ समय आन ते ही अच्छी लगती है ना। और जिहड़ी बच्ची 16 साल प्यार च पै गई है उन्होंने सिर्फ इन्ना ही पता है कि मैं पा ला कपड़े पा ला के घूमना फिरना मैं ऐश करनी है, उन्हें जिम्मेवारी का नहीं पता। इस करके दिमाग नूं शादी करवाने तो पहला प्रिपेयर करना बहुत जरूरी है। जे तुसी किसे लड़की लड़के दी आपस विच गलबात है, शादी कर रहे हो एक दूसरे नूं, फिर जिन्हों कहिंदे सारी उम्र झेलन का भी मादा रखो, है ना। जे जे लड़के दीआं आदतां जिहड़ियां ने पहला की ने, पहला उन्हें जज करो कि वाकई कामकाज कोई कर रहा है, उनकी कोई संगति, उनकी कोई
सोसाइटी माड़ी तो नहीं, उनकी पेरेंट्स बैकग्राउंड की हैगी है, तुसी असी लोग रिश्ते करके बाद कहने साडे कोल भी कई बार आ जाते हैं, मैडम जी इन्हें दस्या सीगा इन्ना पढ़िया आया लड़का, ये तो अठवीं नहीं पढ़िया आया, मैडम जी इन्हें सानू दिखाया सीगा कि मैं 25,000-50,000 मैं इन्ना कमाना मैं हूँ एक वेला वा काम नहीं। ये चीजा जड़िया ने पहला हमेशा सानू इस चीजा का पहला परखन की लोड़ होंदी है, जो शादी तो बाद बच्चा भी हो गया सब कुछ हो गया फिर तुसी इन्हां चीजां नू जदों असी उठाने हैं ना ये फिर मसले जड़े ओ साडे समाज दे विच ज्यादा घातक हो जांदे आ, क्योंकि अगर बच्चा हो गया हुण मां बाप दा कसूर है ना, बच्चे दा तां कोई कसूर नहीं, बच्चा पैदा कर लिता हुण तुसी उस बच्चे की सोचो तोनों जाने तुसी काम काज करो उन्हों निभाओ, गल तो फिर हो जांदी है फिर रिश्ते निभाण की लोड़ पै जांदी है, निभाना पैंदा मतलब जबरदस्ती वाला काम हो गया अजबेकिस्तान तो आई सी, लड़का इथे दा सी चंडीगढ़ दा, उसने शादी जिहड़ी सी उहदा आना जाना चक्कर सी लड़के दा उधर, ते ओह लड़की दे नाल उहदी गलबात हो गई, शादी करा के इथे ले आया, इथे लिया के उस लड़की नूं उहने इन्ना कुछ ज्यादा तंग परेशान किया, उन्दियां दो बच्चियां भी हो गईयां सी, मेरा मतलब उस तो बाद असी उन्हां दा डिवोर्स भी करवाया, लड़की नूं वापस भेजिया उज़्बेकिस्तान, पर कहण दा मतलब ए है कि साडे कोल बाहर दे केसिस भी काफी आंदे आ, एक दो नहीं है काफी केस आ जांदे आ, और अजकल भी NRI केस पिछले हफ्ते मेरे को 3 केस NRI है जिहड़े लड़के शादियां करा के कोई पुर्तगाल चला गया, कोई उज़्बेकी अपना छोटे मोटे कंट्री चला गया वे जिस तरह भी है दुबई च चला गया, हुण की है इत्थे सस सहुरा बैठे आ, हुण लड़का बाहर चला गया, वो लड़का कहिंदा पिया मैडम जी मैं आवांगा ते फैसला करांगा, हुण सस सहुरा कुछ कर नहीं सकदे, ते इह जदों तुसी NRI लड़कियां दे नाल रिश्ते जोड़दे हो आपां उदों मैं आम वैसे कहना चाहांगी कि लोकी की सोचदे आ कि मुंडा बाहर है खैर साडे अगो साडे परिवार नूं भी बाहर लै जाएगा, जबकि कई कंट्री च इदां दा तो तुसी वाइफ नूं भी नहीं लिजा सकदे, उह लड़कियां फिर ना तो पेक्यां जोगियां ना सोहरे जोगियां, हुण हुण प्रॉब्लम की आ रही है ना तां लड़का कोई गलबात कर रहे आ ना उहदे सस सहुरे रखण नूं तैयार है, फिर उत्थे थोड़ी जिन्नी सानूं भी कई वारी समस्या आंदी है सस सहुरे नूं बुला के कहिंदा लड़के दे नाल फिर गल भी बात भी करी दी है तां कि वे बच्चा जे तां रखना वै फिर तां ठीक है, नहीं है तां फिर तुसी सानूं पावर ऑफ अटॉर्नी भेजो, असीं इदां दा केस भी पिछे जे कराया सीगा उह लड़के कोल फिर पावर ऑफ अटॉर्नी मंगाई और उस लड़की का तलाक कराया सीगा, बाकी मतलब इदां दे केस कई वारी वस भी जांदे आ पर लड़की ने वसना तां पति नाल ही हुंदा ना, जे पति बाहर चला गया तो सस सहुरे नाल तुहानूं पता किन्ना कु गुजारा हुंदा वै, ते मां बाप नूं सोच समझ के जिन्ने भी रिश्ते बाहर करने आ उन्हां वास्ते थोड़ा सोच समझ के पहला फिर रिश्ता करना चाहिदा वा, बाहर दे लालच विच कदी भी लड़कियां नूं डोबना नहीं चाहिदा जी। अक्सर इदां भी हुंदा है कि जिन्हां दे हस्बैंड बाहर चले जांदे आ ते फिर ओह की कहंदियां है कि आ तो तू बाहर चला गया ते मैनूं छड्ड गया इत्थे मां प्यो दी रोटियां लाउण जोगियां, मां प्यो उही मां प्यो ने जिन्हां नूं तुसीं पिछे छड्ड के आए हो ते उही मां प्यो अग्गे ने, समझण वाली गल है, मां प्यो ਕਹਿਣ ਨੂੰ ਤੇ ਬੜਾ ਅਸੀਂ ਕਹਿ ਦਿੰਦੇ ਹਾਂ ਕਿ ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ, ਪਰ ਇਹ ਸਮਝਣ ਦੀ ਗੱਲ ਹੈ ਜੇ ਤੁਸੀਂ ਸਮਝੋ ਕਿ ਉਹੀ ਤੁਹਾਡੀ ਮਾਂ ਹੈ ਤੁਸੀਂ ਉਹਦੇ ਨਾਲ ਹੀ ਰਹਿਣਾ ਹੈ ਉਹਨੂੰ ਹੀ ਦੇਖਣਾ ਹੈ ਤੇ ਉਹਨੇ ਹੀ ਤੁਹਾਡੇ ਨਾਲ ਚੱਲਣਾ ਹੈ, ਪਰ ਨਹੀਂ ਇਹਦੇ ਵਿੱਚ ਥੋੜੀ ਪ੍ਰੋਬਲਮ ਇਹ ਵੀ ਆਉਂਦੀ ਹੈ ਨਾ ਜਦੋਂ ਹਸਬੈਂਡ ਬਾਹਰ ਹੁੰਦਾ ਹੈ ਹੁਣ ਲੜਕੀ ਸੱਸ ਸਹੁਰੇ ਕੋਲ ਹੈ, ਕਈ ਵਾਰੀ ਬਾਈ ਚਾਂਸ ਲੜਕੀ ਨੂੰ ਕਿਤੇ ਬਾਹਰ ਅੰਦਰ ਕਿਤੇ ਜਾਣ ਆਉਣ ਦੀ ਲੋੜ ਪੈਂਦੀ ਹੈ ਤੇ ਸਾਡੇ ਪਿੰਡਾਂ ਵਿੱਚ ਕੀ ਹੈ ਮਾਹੌਲ ਜੀ ਫਲਾਣੇ ਦੀ ਲੜਕੀ ਨੂੰਹ ਤੀ, ਲੜਕੀ ਨਹੀਂ ਕਹਿਣਗੇ ਫਲਾਣੇ ਦੀ ਨੂੰਹ ਤੀ ਉੱਧਰ ਗਈ ਸੀ ਜੀ ਉੱਥੇ ਕੀ ਮਤਲਬ ਸ਼ੱਕ ਦੀ, ਉਹ ਫਿਰ ਹਸਬੈਂਡ ਨੂੰ ਜਿਹੜਾ ਉਹ ਮਾਂ ਨੇ ਸਿਖਾ ਦੇਣਾ ਕਿ ਤੇਰੀ ਵੋਟੀ ਤਾਂ ਇੱਧਰ ਉੱਧਰ ਘੁੰਮਦੀ ਫਿਰਦੀ, ਉਹ ਵਜ੍ਹਾ ਬਣ ਜਾਂਦੀ ਲੜਾਈਆਂ 'ਚ, ਹਸਬੈਂਡ ਕੋਲ ਹੋਣਾ ਬਹੁਤ ਜ਼ਰੂਰੀ ਹੈ, ਜੇ ਸ਼ਾਦੀ ਕਰਦੇ ਹੋ ਜਾਂ ਤਾਂ ਫਿਰ ਉਹ ਕਹਿੰਦੇ ਨਾਲ ਲੈ ਜਾਓ ਜਾਂ ਫਿਰ ਕੋਲ ਰਹੋ ਉਹਨਾਂ ਦੇ, ਕਿਉਂਕਿ ਲੜਕੀ ਜਿਹੜੀ ਹੈ ਹਸਬੈਂਡ ਨਾਲ ਤਾਂ ਕੱਟ ਲੇਗੀ ਜਿੱਦਾਂ ਮਰਜ਼ੀ ਹੈ, ਸੱਸ ਸਹੁਰਿਆਂ ਨਾਲ ਕੱਟਣੀ ਅੱਜ ਕੱਲ੍ਹ ਬਹੁਤ ਮੁਸ਼ਕਲ ਹੈ ਬੱਚਿਆਂ ਦੀ, ਬਹੁਤ ਮੁਸ਼ਕਲ ਹੈ ਜੀ। ਸੋ ਇਹ ਨਾ ਜਿੱਥੇ ਅਸੀਂ ਲੜਕਾ ਲੜਕੀ ਬਾਰੇ ਗੱਲ ਕਰਦੇ ਪਏ ਹਾਂ ਉੱਥੇ ਅਸੀਂ ਮਦਰ ਫਾਦਰ ਦੀ ਵੀ ਗੱਲ ਕਰਦੇ ਹਾਂ ਕਿ ਥੋੜ੍ਹਾ ਜਿਹਾ ਉਹਨਾਂ ਨੂੰ ਵੀ ਸਮਝਣ ਦੀ ਲੋੜ ਹੈ, ਸੋ ਸਮਝੌਤੇ ਦੇ ਨਾਲ ਹੀ ਜ਼ਿੰਦਗੀ ਚੱਲਦੀ ਹੈ, ਇਹ ਜਿਹੜੇ ਦੋ ਪਹਿਲੂ ਨੇ ਕਹਿੰਦੇ ਨੇ ਗੱਡੀ ਦੇ ਦੋ ਪਹੀਏ, ਜੇ ਲੀਹ ਤੇ ਉਤਰ ਜਾਣ ਤੇ ਬੜੀ ਵਧੀਆ ਗੱਡੀ ਚੱਲਦੀ ਹੈ, ਜੇ ਇੱਕ ਪਹੀਆ ਖਰਾਬ ਹੋ ਜਾਏ ਤੇ ਗੱਡੀ ਉੱਥੇ ਹੀ ਖੜ ਜਾਂਦੀ ਹੈ, ਉਹੀ ਜ਼ਿੰਦਗੀ ਦਾ ਹਿਸਾਬ ਹੈ ਤੇ ਘਰ ਦਾ ਪਰਿਵਾਰ ਦਾ ਵੀ ਹਿਸਾਬ ਹੈ, ਪਰਿਵਾਰ ਪਿਆਰ ਦੇ ਨਾਲ ਹੀ ਸੋਭਦਾ ਹੈ। ਸੋ ਬਣੇ ਰਹੋ ਜੀ ਸੇਂਟ ਸੋਲ ਦੇ ਟਾਈਮਸ ਨਾਲ, ਖਾਸ ਗੂੜੀਆਂ ਗੱਲਾਂ ਕਰਨ ਲਈ ਮੇਰੇ ਨਾਲ ਸਨ ਅੱਜ ਮੈਮ ਸਾਡੇ ਓਬਰਾਏ ਜੀ, ਜਿਨ੍ਹਾਂ ਨੇ ਬਹੁਤ ਪਿਆਰੀਆਂ ਪਿਆਰੀਆਂ ਗੱਲਾਂ ਦੱਸੀਆਂ ਕਿ ਪਰਿਵਾਰ ਦੇ ਵਿੱਚ ਕਿਵੇਂ ਰਹਿਣਾ ਚਾਹੀਦਾ ਹੈ ਔਰ ਕਿੱਦਾਂ ਮਸਲਿਆਂ ਨੂੰ ਹੱਲ ਕਰਨਾ ਚਾਹੀਦਾ ਹੈ। ਸੇਂਟ ਸੋਲ ਦੇ ਟਾਈਮ ਦੇ ਵਿੱਚ ਅੱਜ ਖਾਸ ਇਹਨਾਂ ਲਈ, ਕੈਮਰਾਮੈਨ ਵਿਨੋਦ ਦੇ ਨਾਲ ਮੈਂ ਕੋਮਲ।